ਸ਼ਾਪਿੰਗ ਜਿਹੜਾ ਉਹ ਕਰਨਾ ਪਿਆ ਤਾਂ ਕਿਸੇ ਕਿਸੇ ਨਾਲ ਨਾਲ ਕੁਝ ਚੀਜ਼ਾਂ ਕਹਿੰਦੀਆਂ ਵੀ ਤਾਂ ਕੁਝ ਜੇ ਤਲਾਸ਼ ਕਰਨਾ ਪਿਆ ਘਰੇ ਸਾਈਡੀਆਂ ਅਤੇ ਸ਼ਾਪਿੰਗ ਕੰਪਲੀਟ ਹੋਈ ਅਸੀਂ ਤਾਂ ਫਿਰ ਚੱਲਣੇ ਹਾਂ ਵਾਪਸੀ ਲਈ ਸਾਈਡ ਪਹਿਲੇ ਤਾਂ ਉਸੀ ਕਾਊਂਟਰ ਵਿੱਚ ਬਿੱਲ ਅਤੇ ਬਿੱਲਾਂ ਤੋਂ ਬਾਤ ਕਰੇ ਗਿਆ ਘਰ ਸਾਈਡ ਅਸਲਾਮ ਵਾਲੇਕੁਮ ਉਮੀਦ ਹੈ ਸਾਰੇ ਪਿੰਨ ਆਪਣਾ ਠੀਕ ਠਾਕ ਹੋ ਸੋ ਤਾਂ ਅੱਲਾ ਨੇ ਜ਼ਮਾਨੀ ਚ ਸੋ ਮੈਂ ਮੁਹੰਮਦ ਅਲੀਮ ਦੱਸੋ ਤਾਂ ਕਿ ਆਪਣੇ ਯੂਟਿਊਬ ਚੈਨਲ ਹਾਲੀ ਵੀ ਵਲੌਗਸ ਅਤੇ ਜਿਹੜੇ ਪਿੰਨ ਆਪਣਾ ਅੱਜ ਈਦ ਮਨਾਈ ਦੇ ਉਹਨਾਂ ਸਾਰਿਆਂ ਕੀ ਈਦ ਮੁਬਾਰਕ ਅਤੇ ਜਿਹੜੇ ਆਸਾਨੀ ਤਰ੍ਹਾਂ ਕੱਲ੍ਹ ਈਦ ਮਨਾਸਨ ਅਤੇ ਉਹਨਾਂ ਕੀ ਐਡਵਾਂਸ ਈਦ ਮੁਬਾਰਕ ਮਾਸ਼ਾਅੱਲਾ ਜੀ ਰਮਜ਼ਾਨ ਜਿਹੜਾ ਮਹੀਨਾ ਸੀ ਬੜੀ ਤੇਜ਼ੀ ਨਾਲ ਜਿਹੜਾ ਆਸਾਂ ਤੋਂ ਪਿਛੜੀ ਗਿਆ ਅਤੇ ਮਾਸ਼ਾਅੱਲਾ ਆਸਨ ਦਾ ਜੇ ਲਾਸਟ ਰੋਜ਼ ਹੈ ਤਾਂ ਕੁਝ ਮਹੀਨਾ ਆਪਣਾ ਜਿਹੜੇ ਨੇ ਈਦ ਮਨਾਈ ਦੇ ਅਤੇ ਲੇਕਿਨ ਯਕੀਨ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕਿੰਨੀ ਜਲਦੀ ਅਤੇ ਕਿੰਨੀ ਤੇਜ਼ੀ ਨਾਲ ਇਹ ਬਾਬਰਕਤ ਮਹੀਨਾ ਆਸਾਂ ਤੋਂ ਜੁਦਾ ਹੋਈ ਗਿਆ ਅੱਜ ਮਾਸ਼ਾਅੱਲਾ ਹੁਣ ਜੁਮਾ ਤੁਲਵਿਦਾ ਵੀ ਹੈ ਅਤੇ ਰਮਜ਼ਾਨ ਆਖਰੀ ਰੋਜ਼ਾ ਵੀ ਹੈ ਅਤੇ ਫਿਲਹਾਲ ਜੁਮਾ ਪੜ੍ਹਨ ਤੋਂ ਪਹਿਲੇ ਮੈਂ ਸੋਚਿਆ ਕੁਝ ਸ਼ਾਪਿੰਗ ਕੀਤੀ ਜਾਏ ਅਤੇ ਹੁਣ ਜੁਲਿਆ ਬਾਹਰ ਆਸਟਾ ਵਨ ਸਟਾਪ ਦੀ ਤਰਫ ਅਤੇ ਉੱਥੇ ਜੇ ਸ਼ਾਪਿੰਗ ਕਰ ਸਾਂ ਅਤੇ ਨਾਲ ਚਲੋ ਤੁਸੀਂ ਕਿ ਤੁਹਾਡੇ ਬਾਹਰ ਨੇ ਮਨਾਜ਼ਰ ਚੱਲ ਲਏ ਹਾਂ ਅਤੇ ਫਿਰ ਉਸ ਤੋਂ ਬਾਅਦ ਇਨਸ਼ਾਅੱਲਾ ਜੁਮਾ ਵਗੈਰਾ ਮਾਸ਼ਾਅੱਲਾ ਜੀ ਬਾਹਰ ਤਾਂ ਇਸ ਟਾਈਮ ਲੱਗੀ ਹੋਈ ਬਾਹਰ ਛਲਕੀ ਹਲਕੀ ਅਤੇ ਜੁਲਿਆ ਚਲੋ ਉਸ ਕਿਹਾ ਅਤੇ ਫਿਰ ਤੁਸੀਂ ਕਿ ਦੱਸਣੇ ਆ ਕਿ ਅੱਗੇ ਨੇ ਕਿਆ ਕੁਛ ਸੀਨ ਹੈ ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਹਲਕੀ ਹਲਕੀ ਬੂੰਦਾ ਬਾਂਦੀ ਲੱਗੀ ਹੋਈ ਅਤੇ ਸਰਦੀ ਤਾਂ ਬਿਲਕੁਲ ਹੀ ਕੋਈ ਇਸ ਟਾਈਮ ਜਾਂ ਕਿ ਜਿਸ ਟਾਈਮ ਬਾਰਿਸ਼ ਹੈ ਉਸ ਵੇਲੇ ਸਰਦੀ ਨਹੀਂ ਖਿੱਦੀ ਥੋੜ੍ਹੀ ਕਮੀ ਆ ਜਾਣੀ ਹੈ ਲੇਕਿਨ ਵਾਦੀ 'ਚ ਜਿਲ੍ਹਾ ਬਾਰਿਸ਼ ਵੀ ਰਹਿਣੀ ਹੈ ਉਸ ਤੋਂ ਬਾਅਦ ਥੋੜ੍ਹੀ ਸਰਦੀ ਵਧੀ ਜਾਣੀ ਅਤੇ ਵੈਸੇ ਤਾਂ ਮਰਜ਼ੀ ਸੀ ਕਿ ਪੈਦਲ ਹੀ ਜੁਲਸਾਂ ਸ਼ਾਪਿੰਗ ਸੈਂਟਰ ਸਾਈਡ ਲੇਕਿਨ ਹੁਣ ਬਾਰਿਸ਼ ਹੈ ਅਤੇ ਤਕਰੀਬਨ 10 ਮਿੰਟ ਤਾਂ ਲੱਗੀ ਜਾਂ ਪੈਦਲ ਜਾਣੇ ਹੋ ਅਤੇ ਇਸ ਤੋਂ ਬਿਹਤਰ ਹੈ ਕਿ ਇੱਥੇ ਨਜ਼ਦੀਕ ਹੀ ਇੱਕ ਬੱਸ ਸਟਾਪ ਹੈ ਅਤੇ ਉੱਥੋਂ ਬੱਸ ਕੈਚ ਕਰਾਂ ਅਤੇ ਫਿਰ ਅੱਗੇ ਬੱਸ ਸਟੈਂਡ ਇਸ ਤਰਫ ਕਿ ਅਸਾਂ ਜਿਹੜਾ ਬੱਸ ਸਟਾਪ ਹੈ ਉਹ ਵੀ ਇਹੀ ਹੈ ਅਤੇ ਹੁਣ ਫਿਰ ਵੇਟ ਕਰਨੇ ਹਾਂ ਬੱਸ ਨਾ ਬੱਸ ਵਿੱਚ ਹੈ ਤਾਂ ਫਿਰ ਅੱਗੇ ਜੁਲਨੇ ਹਾਂ ਫਿਲਹਾਲ ਤਾਂ ਦੂਰ ਦੂਰ ਤੱਕ ਜਿਹਾ ਬੱਸ ਨਜ਼ਰ ਨਹੀਂ ਇਚਣੀ ਵੀ ਹੈ ਅਤੇ ਟਾਈਮ ਜਿਹਾ ਲਿਖਿਆ ਵਾ 6 ਮਿੰਟਾਂ ਬਾਅਦ ਅਸੀਂ ਬੱਸ ਅਤੇ ਚਲੋ 6 ਮਿੰਟ ਫਿਰ ਵੇਟ ਕਰਨੇ ਇੱਥੇ ਅਸਲ ਜਿਹੜੀ ਬੱਸ ਹੋਈ ਮਾਸ਼ਾਅੱਲਾ ਆਈ ਕੀ ਹੈ ਤਾਂ ਹੁਣ ਅੱਗੇ ਚੱਲਣੇ ਹਾਂ ਜਿਹੜਾ ਬੱਸ ਸਟਾਪ ਦੀ ਤਰਫ ਅਤੇ ਕਿਸੇ ਸਕਦੇ ਹਾਂ ਟਿਕਟ ਵੀ ਹੈ ਅਤੇ ਪੂਰਾ ਡੇ ਸੇਵਰ ਹੈ ਜਿਹੜੀ ਅਸਾਂ ਕਿਸੇ ਟਾਈਮ ਕਰ ਸਕਦੇ ਸਾਈਬਰ ਸਫ਼ਰ ਕਰ ਸਕਦੇ ਤਾਂ ਪਰਮਿੰਗ ਆਉਣੇ ਅੰਦਰ ਅਸਾਂ ਪਹੁੰਚੇ ਇੱਥੇ ਵਨ ਸਟਾਪ ਇੱਥੋਂ ਕਰ ਸਾਂ ਸ਼ਾਪਿੰਗ ਅਤੇ ਤੁਸੀਂ ਕਿ ਨਾਲ ਹੀ ਜੁਲੇ ਅੰਦਰ ਅਤੇ ਫਿਰ ਤੁਸੀਂ ਸਾਲਿਆਂ ਕਿਆ ਕੋਈ ਸ਼ਾਪਿੰਗ ਕਰਨੇ ਆ ਅਤੇ ਪਿੱਛੇ ਤੁਸੀਂ ਤਾਂ ਕਿਸੇ ਨੇ ਬੱਸ ਸਟਾਪ ਹੈ ਅਤੇ ਇਸ ਬਿਲਕੁਲ ਹੀ ਨਾਲ ਹੈ ਜਿਹੜਾ ਵਨ ਸਟਾਪ ਸ਼ਾਪਿੰਗ ਸੈਂਟਰ ਹੈ ਅਤੇ ਪਿੱਛੇ ਜਿਹੜਾ ਉੱਥੇ ਨਜ਼ਰ ਅਚਣਾ ਪਿਆ ਫੈਰੀ ਬਾਰ ਟ੍ਰੇਨ ਸਟੇਸ਼ਨ ਹੈ ਜਿਹਨੇ ਕਿ ਸਾਰਾ ਕੁਝ ਇੱਥੇ ਕਰੀਬ ਕਰੀਬ ਹੀ ਹੈ ਸ਼ਾਪਿੰਗ ਜਿਹੜਾ ਉਹ ਕਰਨਾ ਪਿਆ ਤਾਂ ਕਿਸੇ ਕਿਸੇ ਨਾਲ ਨਾਲ ਕੁਝ ਚੀਜ਼ਾਂ ਕਹਿੰਦੀਆਂ ਵੀ ਤਾਂ ਕੁਝ ਜੇ ਤਲਾਸ਼ ਕਰਨਾ ਪਿਆ ਘਰੇ ਸਾਈਡੀਆਂ ਅਤੇ ਸ਼ਾਪਿੰਗ ਕੰਪਲੀਟ ਹੋਈ ਅਸੀਂ ਤਾਂ ਫਿਰ ਚੱਲਣੇ ਹਾਂ ਵਾਪਸੀ ਲਈ ਸਾਈਡ ਅਤੇ ਪਹਿਲੇ ਤਾਂ ਉਸੀ ਕਾਊਂਟਰ ਵਿੱਚ ਬਿੱਲ ਅਤੇ ਬਿੱਲਾਂ ਤੋਂ ਬਾਤ ਕਰੇ ਗਿਆ ਘਰੇ ਸਾਈਡ ਅਸਾਂ ਨੇ ਜਿਹੜੀ ਸ਼ਾਪਿੰਗ 'ਚ ਮਾਸ਼ਾਅੱਲਾ ਹੋਈ ਗਿਆ ਕੰਪਲੀਟ ਅਤੇ ਹੁਣ ਜੁਲੇ ਹਾਂ ਵਾਪਸੀ ਲਈ ਸਾਈਡ ਪਹਿਲੇ ਜੁਲੇ ਹਾਂ ਬੱਸ ਸਟਾਪ ਅਤੇ ਉੱਥੇ ਜੁਲੇ ਬੱਸ ਪੜ੍ਹਨੇ ਹਾਂ ਅਤੇ ਫਿਰ ਮੁੜੇ ਜੁਲੇ ਹਾਂ ਕਿ ਅੱਗੇ ਤੱਕ ਸਕਦੇ ਹੋ ਬਾਰਿਸ਼ ਵੀ ਕਾਫੀ ਲੱਗੀ ਹੋਈ ਜੇ ਪੈਦਲ ਗਏ ਹਾਂ ਤਾਂ ਸਿੱਝੀ ਜਾ ਸਕਦੇ ਬਿਹਤਰ ਹੈ ਕਿ ਬੱਸਾਂ ਪਰ ਜਾਈਏ ਅਤੇ ਬੱਸ ਸਟਾਪ ਖੋਲ ਲਈ ਹੈ ਜਿਲ੍ਹਾ ਕਿ ਬੱਸ ਸਟੈਂਡ ਤਰਫ ਅਤੇ ਫਿਰ ਵੇਟ ਕਰਦੇ ਉੱਥੇ ਬੱਸ ਹੈ ਨਾ ਫਿਰ ਅੱਗੇ ਮੁੜੀ ਕਾਰ ਬਸ ਅਸੀਂ ਜੀ 9 ਮਿੰਟਾਂ ਬਾਅਦ ਤਾਂ ਉਹਨਾਂ ਕਰਨਾ ਪਿਆ ਸੀ 9 ਮਿੰਟ ਵੇਟ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਬੱਸ ਅਸੀਂ ਲੱਗ ਚੱਲੇ ਹਾਂ ਕਿਹ ਤਰਫ ਵੈਸੇ ਤਾਂ ਪੈਦਲ ਤਕਰੀਬਨ 10-12 ਮਿੰਟਾਂ ਰਸਤਾ ਲੇਕਿਨ ਬਾਰਿਸ਼ਾਂ ਵਿੱਚ ਮੁਸ਼ਕਲ ਹੋਈ ਜਾਣੇ ਅਤੇ ਇਸ ਵਜ੍ਹਾ ਤੋਂ ਚਲੋ 10 ਮਿੰਟ ਵੇਟ ਕਰੀ ਨਾ ਬਿਸ ਬੱਸ ਹੈ ਨਾ ਅਤੇ ਸ਼ਾਪਿੰਗ ਕਰੀ ਹੁਣ ਵਾਪਸ ਪਹੁੰਚੇ ਮਿਲੇ ਘਰ ਅਤੇ ਤੁਸੀਂ ਤੱਕੀ ਸਕਦੇ ਹੋ ਹੁਣ ਧੁੱਪ ਨਿਕਲੀ ਆਈ ਹੈ ਅਤੇ ਤਕਰੀਬਨ 10-15 ਮਿੰਟ ਪਹਿਲਾਂ ਇੱਥੇ ਬਾਰਿਸ਼ ਲੱਗੀ ਸੀ ਅਤੇ ਯੂਕੇ ਨੇ ਮੌਸਮ ਹੈ ਇਸ ਨਾਲ ਕੋਈ ਪਤਾ ਨਹੀਂ ਕਦੇ ਰੰਗ ਬਦਲੀ ਗਿਆ ਕਦੇ ਧੁੱਪ ਅਤੇ ਕਦੇ ਬਾਰਿਸ਼ ਕਿਤੇ ਕੋਈ ਪਤਾ ਨਹੀਂ ਲੱਗਣਾ ਤਕਰੀਬਨ ਹੋਈ ਗਿਆ ਜੀ ਇੱਕ ਨਾ ਟਾਈਮ ਅਤੇ ਹੁਣ ਚੁੱਲੇ ਹਾਂ ਫਿਰ ਅਤੇ ਇਨਸ਼ਾਅੱਲਾ ਜੁੰਮੇ ਨੇ ਤਿਆਰੀ ਕਰੀ ਅਤੇ ਫਿਰ ਮੁੜ ਚੁੱਲੇ ਹਾਂ ਮਸਜਿਦ ਇਨਸ਼ਾਅੱਲਾ ਫਿਰ ਅੱਜ ਜੁੰਮਾ ਤੁਲਵਿਦਾ ਅਤੇ ਇਹ ਦੁਆ ਕਿ ਅੱਲਾਹ ਤਾਲਾ ਸਾਰੇ ਭੈਣਾਂ ਭਰਾ ਕੀ ਹਰ ਨੇਕ ਮਕਸਦ ਕਮਯਾਬ ਕਰਨ
ماشاءاللہ جی ہوں ریڈی ہوئی تھا کہ جائے رہے مسجد کی طرف تو ان شاء اللہ اتنے مسجد جلدی پھر جمعہ ادا کرنے ہیں تو ماشاء اللہ جیسے پتہ ہے جمعہ کا دن ہے تو جمعہ تو کوشش کرے کرو کہ جس حد تک ہو سکنا نبی کریم صلی اللہ علیہ وآلہ وسلم کی ذات مبارک پر کثرت نال درود شریف بھیجو کیونکہ عام دن تم درود شریف پڑھنے بے شمار اس نے فضیلت تو برکت ہیں جب تم جمعے دن درود شریف پڑھنے تو ماشاء اللہ اس نے جی فضیلت ہے وہ سب تو عرفہ والا ہے تو اس وجہ سے کوشش کرو کہ جمعے دن حضور نبی کریم صلی اللہ علیہ وسلم کی ذات پر زیادہ سے زیادہ درود شریف پڑھو